ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ HNB ਨਿਊ ਚੈਨਲ ਅਕਸਰ ਹੀ ਪਾਕਿਸਤਾਨ ਤੇ ਪਾਰ ਦੇ ਸਰਹੱਦੀ ਏਰੀਆ ਤੇ ਪਾਕਿਸਤਾਨ ਵੱਲੋਂ ਜਿਹੜੀਆਂ ਨਸ਼ੇ ਦੀਆਂ ਖੇਪਾਂ ਜਾਂ ਫਿਰ ਹਥਿਆਰਾਂ ਦੇ ਜ਼ਖੀਰੇ ਭੇਜੇ ਜਾਂਦੇ ਨੇ ਇਸ ਨੂੰ ਲੈ ਕੇ BSF ਤੇ ਨਾਲ ਪੰਜਾਬ ਪੁਲਿਸ ਤੋਂ ਵੱਡੀਆਂ-ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ ਤਾਂ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤਾਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਜਿਹੜੇ ਗਵਾਰੇ ਭੇਜੇ ਜਾਂਦੇ ਨੇ ਉਸ ਤੋਂ ਬਾਅਦ ਇੱਕ ਟਿਫਨ ਬੰਬਦਾਬੀ ਮਾਮਲਾ ਸਾਹਮਣੇ ਆਇਆ ਸੀ ਪੂਰੇ ਭਾਰਤ ਨੂੰ ਜਿਸ ਨੇ ਹਿਲਾ ਕੇ ਰੱਖ ਦਿੱਤਾ ਸੀ ਕਿ ਕੋਈ ਇਦਾਂ ਦੀ ਵੱਡੀ ਘਟਨਾ ਨਾ ਹੋ ਜਾਵੇ ਉਸ ਨੂੰ ਲੈ ਕੇ ਪੰਜਾਬ ਪੁਲਿਸ ਤੇ BSF ਨੇ ਉਸ ਤੇ ਵੀ ਵੱਡੀ ਕਾਮਯਾਬੀ ਹਾਸਲ ਕੀਤੀ ਸੀ ਤੇ ਪਾਕਿਸਤਾਨ ਵੱਲੋਂ ਬਾਰ-ਬਾਰ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਇਦਾਂ ਦੇ ਨਸ਼ੇ ਦੀਆਂ ਖੇਪਾਂ ਪੇਜੀਆਂ ਨੇ ਜਿਸ ਦੇ ਨਾਲ ਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਲਗਾਤਾਰ ਬਰਬਾਦ ਹੋ ਰਹੀ ਹੈ ਇਸ ਨੂੰ ਲੈ ਕੇ ਹੁਣ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਇੱਕ ਸਾਂਝਾ ਆਪਰੇਸ਼ਨ ਕਰ ਰਹੀ ਹੈ ਜਿਸ ਦੇ ਵਿੱਚ ਕਿ ਕਬਡੀਆਂ ਕਾਮਯਾਬੀਆਂ ਵੀ ਉਹ ਹਾਸਲ ਕਰ ਰਹੀ ਹੈ ਅੱਜ ਬੜੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਭਾਰਤ ਪਾਕਿਸਤਾਨ ਸਰਹੱਦ ਦੀ ਜਿੱਥੇ ਕੀ ਬੀਓਪੀ ਪੋਸਟ ਰਾਜੋਕੇ ਵਿਖੇ ਰਾਤ ਸਮੇਂ ਡਰੋਨ ਦੇਖੇਗੇ ਜਿਸ ਤੋਂ ਬਾਅਦ ਬੀਐਸਐਫ ਤੇ 103 ਬਟਾਲੀਅਨ ਅਮਰਕੋਟ ਵੱਲੋਂ ਉਸ ਉੱਪਰ 36 ਦੇ ਕਰੀਬ ਜਿਹੜੇ ਫਾਇਰ ਕੀਤੇ ਗਏ ਫਿਲਹਾਲ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਇਹ ਸਾਂਝਾ ਜਿਹੜਾ ਪ੍ਰੈਸ਼ਨ ਕੀਤਾ ਗਿਆ ਨੂੰ ਲੈ ਕੇ ਸੂਤਰਾਂ ਤੋਂ ਹਵਾਲੇ ਤੋਂ ਖਬਰ ਆਈ ਹੈ ਕਿ ਜੋ ਇਹ ਡਰੋਨ ਦੇਖੇ ਗਏ ਨੇ ਜੋ ਪਕੜੇ ਗਏ ਨੇ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਉਹਨਾਂ ਦੇ ਵਿੱਚ ਨਸ਼ਾ ਜਾਂ ਫਿਰ ਹਥਿਆਰਾਂ ਦੀ ਵੀ ਜੜੀ ਬਰਾਮਦੀ ਹੋ ਸਕਦੀ ਹੈ ਤਾਂ ਇਸ ਨੂੰ ਲੈ ਕੇ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਬੀਐਸਐਫ ਤੇ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੋਈ ਵੀ ਗੱਲ ਕਰਨ ਤੋਂ ਜੇ ਮਨਾ ਕਰ ਦਿੱਤਾ ਤਾਂ ਉਹਨਾਂ ਨੇ ਦੱਸਿਆ ਕਿ ਅਜੇ ਸਰਚ ਆਪਰੇਸ਼ਨ ਚੱਲ ਰਿਹਾ ਉਸ ਤੋਂ ਬਾਅਦ ਹੀ ਕੋਈ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਫਿਰ ਮੀਡੀਆ ਨੂੰ ਇਸ ਦੀ ਜਾਣਕਾਰੀ ਦਵਾਂਗੇ ਭਾਵੇਂ ਕਿ ਪੰਜਾਬ ਪੁਲਿਸ ਤੇ ਬੀਐਸਐਫ ਦੀ ਇਹ ਵੱਡੀ ਕਾਮਯਾਬੀ ਆਪਾਂ ਮੰਨ ਸਕਦੇ ਹਾਂ ਕਿ ਲਗਾਤਾਰ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਇਦਾਂ ਦੇ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ناکਾਮਯਾਬ ਕਰ ਰਹੀ ਹੈ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਕਿਵੇਂ ਪਹਿਲਾਂ ਵੀ ਜਿਹੜੀ ਗੱਲ ਕਰੀਏ ਪੰਜਾਬ ਜਿਹੜੇ ਸਰਹੱਦੀ ਏਰੀਆ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਜਿਹੜੇ ਗਵਾਰੇ ਵੀ ਮਿਲੇ ਨੇ ਤੇ ਨਾਲ ਦੀ ਨਾਲ ਇਦਾਂ ਦੀਆਂ ਨਸ਼ੇ ਦੀਆਂ ਖੇਪਾਂ ਵੀ ਮਿਲੀਆਂ ਨੇ ਤਾਂ ਭਾਵੇਂ ਇੰਨਾ ਜਿਹੜੇ ਪਿੰਡ ਨੇ ਜਿਹੜੇ ਸਰਹੱਦੀ ਏਰੀਆ ਦੇ ਪਿੰਡ ਨੇ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਜਾਂਦਾ ਹੈ ਜਦੋਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਭਾਵੇਂ ਡਰੋਨ ਰਾਹੀਂ ਹੋਵੇ ਜਾਂ ਫਿਰ ਨਸ਼ੇ ਦੀਆਂ ਖੇਪਾਂ ਹੋਣ ਜਾਂ ਫਿਰ ਹਥਿਆਰ ਹੋਣ ਤੇ ਇਨਾਂ ਪਿੰਡਾਂ ਦੇ ਵਿੱਚ ਹਰ ਟਾਈਮ ਜਿਹੜਾ ਮੌਤ ਦਾ ਸਾਇਆ ਮੰਡਰਾਉਂਦਾ ਰਹਿੰਦਾ ਹੈ ਜਿਸ ਨੂੰ ਲੈ ਕੇ ਕਿ ਪਾਵੇਂ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਇਨਾਂ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਕਰਦੀ ਹੈ ਤੇ ਕੋਈ ਵੀ ਐਦਾਂ ਦੀ ਜੜੀ ਘਟਨਾ ਨਹੀਂ ਹੋਣ ਦਿੰਦੀ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਡਰੇ ਜਿਹੜੇ ਮਹਿਸੂਸ ਕਰਦੇ ਨੇ ਤੇ ਪੰਜਾਬ ਪੁਲਿਸ ਲਗਾਤਾਰ ਐਦਾਂ ਦੇ ਡਰੋਨ ਤੇ ਨਾਲ ਦੀ ਨਾਲ ਤੇ ਗੱਲ ਕਰੀਏ ਤਾਂ ਐਦਾਂ ਦੀਆਂ ਜੜੀਆਂ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਫੈਲ ਕਰਦੀ ਨਜ਼ਰ ਆ ਰਹੀ ਹੈ ਤੇ ਵੱਡੀ ਖਬਰ ਤੁਹਾਨੂੰ ਦਿਖਾਈ ਹੈ ਕਿ ਕਿਵੇਂ ਲਗਾਤਾਰ ਪਾਕਿਸਤਾਨ ਵੱਲੋਂ ਇਦਾਂ ਦੇ اشਾਰਾਤਾਂ ਕੀਤੀਆਂ ਜਾਂਦੀਆਂ ਨੇ ਜਿਸ ਨੂੰ ਲੈ ਕੇ ਕਿ ਭਾਰਤ ਵੀ ਜਿਹੜਾ ਲਗਾਤਾਰ ਚੌਕਸੀ ਵਧਤੀ ਹੋਈ ਹੈ ਜਿਹੜੇ ਹੁਕਮ ਨੇ ਵੱਡੇ ਅਧਿਕਾਰੀਆਂ ਦੇ ਉਹਨਾਂ ਨੇ ਜਿਹੜੇ BSਪ ਨੂੰ ਤੇ ਨਾਲ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਹੋਏ ਨੇ ਕਿ ਇਦਾਂ ਦੀ ਕੋਈ ਵੀ ਚੀਜ਼ ਉਹਨਾਂ ਨੂੰ ਦਿਖਦੀ ਹੈ ਤੇ ਉਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਤੇ BSਪ ਦੀ ਕਬੱਡੀ ਕਾਮਯਾਬੀ ਮੰਨਾਂਗੇ ਕਿ ਜਿਸ ਤਰੀਕੇ ਨਾਲ ਡਰੋਨ ਦੇ ਉੱਤੇ 36 ਦੇ ਕਰੀਬ ਜਿਹੜੇ ਫਾਇਰ ਕਰਕੇ ਆਪਣੇ ਕਬਜੇ ਦੇ ਵਿੱਚ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਲੈਨੇ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਅਧਿਕਾਰੀ ਤੇ ਨਾਲ ਪੰਜਾਬ ਦੇ ਅਧਿਕਾਰੀ ਦੱਸਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਇਸ ਪੂਰੇ ਮਾਮਲੇ ਦੀ ਜਿਹੜੀ ਪ੍ਰੈਸ ਵਾਰਤਾ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਜਿਸ ਨੂੰ ਲੈ ਕੇ ਕਿ ਪੂਰੇ ਖੁਲਾਸੇ ਹੋਣਗੇ ਕਿ ਪਾਕਿਸਤਾਨ ਵੱਲੋਂ ਕਿਹੜੀ ਸ਼ਰਾਰਤ ਜਿਹੜੀ ਪਾਰ ਦੇ ਵਿੱਚ ਹੁਣ ਕਰਨ ਜਾ ਰਹੇ ਨੇ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇਖਦੇ ਹਾਂ ਕਿ ਕਦੋਂ ਬੀਐਸਐਫ ਤੇ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੀ ਹੈ ਤੁਹਾਡੇ ਨਾਲ ਕੈਮਰਾਮੈਨ ਸੁਤੰਤ ਦੇ ਨਾਲ ਹਰਤੇਜ ਸਿੰਘ ਤੇਜੀ ਐਚਐਨ1 ਨਿਊਜ਼